ਜੇਲ੍ਹ ਵਿੱਚ ਹੈਰੋਇਨ ਬਣਾਉਣ ਅਤੇ ਵੇਚਣ ਦਾ ਪਰਦਾ ਹੋਇਆ ਫਾਸ਼। ਜ਼ਿਲ੍ਹਾ ਪੁਲਿਸ ਨੇ ਗੁਪਤ ਖਬਰ ਦੇ ਆਧਾਰ ਤੇ ਐਰਿਕ ਉਰਫ ਕੰਨੀ ਦੇ ਨਾਲ ਉਸ ਦੇ ਸਾਥੀ ਸਵਰਨ ਸਿੰਘ ਨੂੰ 8 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕਰ ਲਿਆ। ਮਿਲਾਵਟ ਦੇ ਇਸ ਦੌਰ ਵਿੱਚ ਇਹ ਦੋਸ਼ੀ ਹੈਰੋਇਨ ਵਿੱਚ ਨਕਲੀ ਕੈਮੀਕਲ ਦੀ ਮਿਲਾਵਟ ਕਰਕੇ ਵੇਚਦੇ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦੋਸ਼ੀ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਦਿੱਲੀ ਤੋਂ ਇੱਕ ਨਸ਼ੀਲਾ ਪਾਊਡਰ ਖਰੀਦ ਕੇ ਮਿਲਾਉਂਦੇ ਸੀ, ਜਿਸ ਨਾਲ ਹੈਰੋਇਨ ਦਾ ਵਜ਼ਨ ਵੱਧ ਜਾਂਦਾ ਤੇ ਇਹ ਦੋਸ਼ੀ ਜੇਲ੍ਹ ਵਿੱਚ ਬੰਦ ਸੰਨੀ ਪ੍ਰਤਾਪ ਨਾਲ ਮਿਲ ਕੇ ਇਹ ਕੰਮ ਕਰਦੇ ਸੀ। ਪੁਲਿਸ ਨੇ ਨਵਾਂ ਖੁਲਾਸਾ ਕੀਤਾ ਕਿ ਨਕਲੀ ਕੈਮੀਕਲ ਪਾ ਕੇ ਇਹ ਦੋਸ਼ੀ ਹੈਰੋਇਨ ਦੀ ਮਾਤਰਾ ਵਧਾਉਂਦੇ ਸੀ। ਫਿਲਹਾਲ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਜੋ ਪਾਊਡਰ ਹੈ ਉਹ ਮਿਕਸ ਕਰਦੇ ਥੇ, ਕਭੀ ਕਭੀ 50-50% ਕਰਕੇ ਜੋ ਵੇਚ ਰਹੇ ਥੇ। ਬੇਸਿਕਲੀ ਇਹ ਪਹਿਲੇ ਵੀ ਇਨਕੇ ਖਿਲਾਫ ਜੋ ਪਰਚੇ ਦਰਜ ਹੈ, ਜੋ ਮੇਨ ਅਕਿਊਜ਼ਡ ਹੈ ਇਸਮੇ ਐਰਿਕ, ਇਸਕੇ ਖਿਲਾਫ 4 ਮੁਕੱਦਮੋਂ ਮੇਂ ਯੇ ਆਲਰੇਡੀ ਹਮਾਰਾ ਪੀ ਓ ਥਾ ਔਰ ਇਨਕਾ ਇੱਕ ਸਾਥੀ ਹੈ ਸਨੀ ਪ੍ਰਤਾਪ, ਵੋ ਜੇਲ੍ਹ ਮੇਂ ਬੰਦ ਹੈ। ਇਹਨੋਨੇ ਇੱਕ ਆਪਣਾ ਹੀ ਗਰੁੱਪ ਬਣਾ ਰੱਖਾ ਥਾ ਔਰ ਇਹ ਜੋ ਪਾਊਡਰ ਹੈ, ਪਾਊਡਰ ਕੋ ਹਿਰਨ ਮੇਂ ਮਿਕਸ ਕਰਕੇ ਕਭੀ ਉਸਮੇਂ 20%, ਕਭੀ 25%, ਅਬ ਇਸਨੇ 50% ਮਿਕਸ ਕਰਕੇ ਇਸਨੇ ਜੋ ਪੁੱਛਤਾਛ ਮੇਂ ਬਤਾਇਆ ਕਿ ਵੋ ਉਸਨੇ ਸੇਲ ਕੀ।